ਮੈਂ ਗੁਰਪ੍ਰੀਤ ਸਿੰਘ ਲਾਡੀ ਪੰਜਾਬ ਪ੍ਰਧਾਨ ਸ਼ਿਵ ਸੈਨਾ ਪੰਜਾਬ ਮੇਰੇ ਨਾਲ ਨੇ ਮੇਰੇ ਵੱਡੇ ਭਰਾ ਰਾਸ਼ਟਰੀ ਪ੍ਰਚਾਰਕ ਹਿੰਦੂ ਤਖਤ ਦੇਵ ਅਮਿਤ ਸ਼ਰਮਾ ਦੇਖੋ ਜਿਵੇਂ ਕਿ ਪੁਲਿਸ ਨੇ ਪ੍ਰਸ਼ਾਸਨ ਨੇ 3 ਦਿਨ ਦਾ ਟਾਈਮ ਮੰਗਿਆ ਸੀ ਸਾਤੋਂ ਸਮਾਂ ਹੁਣ ਤੱਕ ਜੋ ਮੰਦਿਰ ਕਮੇਟੀ ਤੋਂ 3 ਦਿਨ ਬੀਤ ਜਾਣ ਤੋਂ ਬਾਅਦ ਵੀ ਜਿਹੜੇ 15 ਦਿਨ ਦਾ ਸਮਾਂ ਹੋਰ ਦੇ ਰਹੇ ਨੇ ਜੋ ਕਿ ਇਹਨਾਂ ਦਾ ਜਿਹੜੀ ਇੰਟੈਲੀਜੈਂਸ ਉਹਦਾ ਬਿਲਕੁਲ ਫੇਰੀਅਰ ਹੈ ਕਿੰਨਾ ਟਾਈਮ ਜਿਹੜੇ ਚੋਰ ਜਿਹੜੇ ਤੇ ਬੇਅਦ ਵੀ ਕਰਨਾ ਸੀ ਕਿੰਨਾ ਟਾਈਮ ਉਹ ਬੈਠੇ ਰਹੇ ਪਰ ਕਿਸੇ ਦਾ ਉਹਨਾਂ ਨੂੰ ਡਰ ਨਹੀਂ ਸੀ ਜਿਵੇਂ ਕਿ ਮੇਰੇ ਤੋਂ ਪਹਿਲਾਂ ਵੀ ਭਰਾਵਾਂ ਨੇ ਕਿਹਾ ਜੇ PCR ਵਗੈਰਾ ਕੋਈ ਵੀ ਇਹੋ ਜਿਹੀ ਜਿਹੜੀ ਸਾਡੀ ਹੁੰਦੀ ਫੋਰਸ ਤਾਂ ਇਹ ਜਿਹੜੀ ਬੇਅਦਬੀ ਦੀ ਘਟਨਾ ਨਾ ਵਾਪਰਦੀ ਦੇਖੋ ਜੇਕਰ ਅਸ਼ਟਮੀ ਤੋਂ ਪਹਿਲਾਂ ਇਹ ਜਿਹੜੇ ਜਿਹਨਾਂ ਨੇ ਕ੍ਰਾਈਮ ਕੀਤਾ ਉਹ ਨਹੀਂ ਫੜੇ ਜਾਂਦੇ ਤਾਂ ਮੈਂ ਗੁਰਪ੍ਰੀਤ ਸਿੰਘ ਲਾਡੀ ਪੰਜਾਬ ਪ੍ਰਧਾਨ ਸ਼ਿਵ ਸੈਨਾ ਪੰਜਾਬ ਤੇ ਦੇਵ ਅਮਿਤ ਸ਼ਰਮਾ ਰਾਸ਼ਟਰੀ ਪ੍ਰਚਾਰਕ ਹਿੰਦੂ ਤਖਤ ਅਸੀਂ ਆਪਣੇ ਆਪ ਨੂੰ ਆਤਮਦਾਹ ਕਰਾਂਗੇ DC ਦਫ਼ਤਰ ਦੇ ਸਾਹਮਣੇ ਜਾ ਕੇ ਰੋਸ ਹੈਗਾ ਜੋ ਪੰਜਾਬ ਦੇ ਵਿੱਚ ਹਿੰਦੂਆਂ ਦੇ ਮੰਦਿਰਾਂ ਦੇ ਉੱਤੇ ਵਾਰ ਵਾਰ ਘਟਨਾ ਹੋ ਰਹੀ ਹੈ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਇੱਕ ਬਹੁਤ ਲਾਈਟਲੀ ਲਿੱਤਾ ਜਾ ਰਿਹਾ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਤਾਂ ਮਹਾਰਾਣੀ ਦਾ ਇੱਕ ਕੁਛ ਚੋਰੀ ਹੋ ਗਿਆ ਅਕਾਊਂਟ ਚੋਂ ਪੈਸੇ ਤੇ ਬੰਦਾ ਚੱਕ ਕੇ ਫੜ ਕੇ ਲਿਆਏ ਮਿੰਟਾਂ ਸਕਿੰਟਾਂ ਦੇ ਵਿੱਚ ਤੇ ਹਿੰਦੂਆਂ ਦੇ ਮੰਦਿਰ ਦੇ ਉੱਤੇ ਹਮਲਾ ਹੋ ਰਿਹਾ ਸਾਡੇ ਪਰਮ ਪਿਤਾ ਪਰਮੇਸ਼ਵਰ ਔਰ ਜੋ ਆਪਣਾ ਸਾਡਾ ਮਹਾਦੇਵ ਜੀ ਹੈ ਸਾਵਨ ਮਾਸ ਦੇ ਵਿੱਚ ਉਹਨਾਂ ਦੇ ਜੋਤਿਰਲਿੰਗ ਨੂੰ ਉਹਨਾਂ ਦੇ ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ ਜੋ ਗਲਤ ਹੈ ਹਿੰਦੂਆਂ ਦੀ ਭਾਵਨਾ ਨੂੰ ਵਾਰ ਵਾਰ ਠੇਸ ਪਹੁੰਚਾਈ ਜਾ ਰਹੀ ਹੈ ਵਾਰ ਵਾਰ ਸਾਨੂੰ ਪਿੰਨ ਕਰਕੇ ਦੇਖਿਆ ਜਾਂਦਾ ਵੀ ਇਹਨਾਂ 'ਚ ਕਿੰਨਾ ਦਮ ਹੈ ਕਿੰਨਾ ਨਹੀਂ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਹਿੰਦੂ ਜਾਗਰੂਕ ਹੈ ਔਰ ਇਹਨਾਂ ਇਸ ਯਾਦ ਰੱਖੇ ਸਰਕਾਰਾਂ ਵੀ ਔਰ ਪ੍ਰਸ਼ਾਸਨ ਵੀ ਕਿ ਬਹੁਤ ਜਲਦ ਤਿੱਖਾ ਪ੍ਰਦਰਸ਼ਨ ਹੋਏਗਾ ਜੋ ਇਹਨਾਂ ਦਾ ਸਾਹਮਣੇ ਨਹੀਂ ਜਾਏਗਾ ਇਹ ਕੁਛ ਵੀ ਬੰਦੇ ਨੂੰ ਚੱਕ ਕੇ ਦੋਸ਼ੀ ਨਾ ਬਣਾ ਦੇਣ ਜਿਹੜੇ ਦੋਸ਼ੀ ਹੈ ਉਹ CCTV ਦੇ ਵਿੱਚ ਹੈਗੇ ਹੈ ਉਹ ਬੰਦੇ ਉਹੀ ਫੜਨ ਔਰ ਜਿੰਨੇ ਮਾਲ ਚੋਰੀ ਕੀਤਾ ਗਿਆ ਉਹਦੀ ਰਿਕਵਰੀ ਹੋਵੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਖੰਨੇ ਸ਼ਹਿਰ ਦੇ ਵਿੱਚ ਟੀਮ ਸਾਡੇ ਨਾਲ ਖੜੀ ਹੈ ਇੱਥੇ ਉਹ ਟੀਮਾਂ ਦੇ ਨਾਲ ਕੋਆਰਡੀਨੇਟ ਹੋ ਚੁੱਕਿਆ ਜੋ ਵੀ ਜਨਮਅਸ਼ਟਮੀ ਦਾ ਪ੍ਰੋਗਰਾਮ ਦਿੱਤਾ ਗਿਆ ਉਸ ਪ੍ਰੋਗਰਾਮ ਦੇ ਉੱਤੇ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ ਆਤਮਦਾਹ ਦੀ ਇਹਨਾਂ ਨੂੰ ਪੂਰੀ ਚੇਤਾਵਨੀ ਦਿੱਤੀ ਗਈ ਹੈ ਔਰ ਇਹ ਆਤਮਦਾਹ ਇਕੱਲਾ ਗੁਰਪ੍ਰੀਤ ਸਿੰਘ ਲਾਡੀ ਜਾਂ ਦੇਵ ਅਮਿਤ ਸ਼ਰਮਾ ਦੇ ਮੁੱਕੇਗਾ ਨਹੀਂ ਲੜੀਵਾਰ ਸਿਲਸਿਲਾ ਚੱਲਦਾ ਰਹੇਗਾ ਸਾਰੇ ਹੀ ਜਿਹੜੇ ਸਨਾਤਨਿਕ ਸੰਗਠਨ ਸੀਗੇ ਸਾਰੇ ਉਰੇ ਸੀਗੇ ਇਕੱਠੇ ਹੋਏ 5 ਵਜੇ ਦੀ ਕਾਲ ਸੀ ਪੁਲਿਸ ਪ੍ਰਸ਼ਾਸਨ ਦੇ ਵੀ SP ਸਾਹਿਬ ਜਿੰਦਲ ਜੀ DSP ਸਾਹਿਬ ਸਾਰੇ ਉਰੇ ਸੀਗੇ ਤੇ ਪੁਲਿਸ ਨੇ 10 ਦਿਨ ਦੀ ਮੰਗ ਕੀਤੀ ਹੈ ਵੀ ਸਾਨੂੰ 10 ਦਿਨ ਦਿੱਤੇ ਜਾਣ ਅਸੀਂ 10 ਦਿਨ ਦੇ ਵਿੱਚ ਜਿਹੜੇ ਕਿ ਸਕੈਚ ਜਾਰੀ ਕੀਤੇ ਨੇ ਵੀ ਉਹ ਬੰਦਿਆਂ ਨੂੰ ਪਕੜ ਲਿਆ ਜਾਊਗਾ ਤੇ ਲੇਕਿਨ ਜਿਹੜੇ ਸਾਡੇ ਸੰਗਠਨ ਸੀਗੇ ਇਹ ਚਾਹੁੰਦੇ ਸੀ ਵੀ 10 ਦਿਨ ਦਾ ਟਾਈਮ ਜ਼ਿਆਦਾ ਹੈ ਪਰ ਫਿਰ ਵੀ ਅਸੀਂ ਇਹਨਾਂ ਨੂੰ ਸਮਝਾਇਆ ਕਿ 10 ਦਿਨ ਦਾ ਟਾਈਮ ਹੈ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਨੂੰ ਦੇਣਾ ਚਾਹੀਦਾ ਤਾਂ ਜੋ ਕਿ ਜਿਹੜੇ ਚੋਰ ਨੇ ਤੇ ਜਿਨ੍ਹਾਂ ਨੇ ਐਡੀ ਵੱਡੀ ਬੇਅਦਬੀ ਕੀਤੀ ਹੈ ਉਹ ਪੁਲਿਸ ਦੇ ਹੱਥ ਚੜ ਸਕਣ ਤੇ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਜਿਹੜਾ ਪੁਲਿਸ ਨੇ ਟਾਈਮ ਲਿੱਤਾ ਹੈ ਤੇ ਉਹ ਟਾਈਮ ਦੇ ਵਿੱਚ ਉਹਨਾਂ ਨੂੰ ਜ਼ਰੂਰ ਪਕੜਿਆ 7 ਦਿਨ ਪ੍ਰਸ਼ਾਸਨ ਨੂੰ ਦਿੱਤੇ ਗਏ ਨੇ ਸੰਸਥਾਵਾਂ ਵੱਲੋਂ ਵੀ 1 ਹਫ਼ਤੇ ਦੇ ਵਿੱਚ ਉਹ ਪਕੜੇ ਜਾਣ ਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਹਾਂਜੀ ਪੁਲਿਸ ਨੇ 3 ਜਣਿਆਂ ਦੀ ਫੋਟੋ ਜਾਰੀ ਕੀਤੀ ਹੈ ਤੇ ਪੁਲਿਸ ਉਹਨਾਂ ਦੀ ਭਾਲ ਦੇ ਵਿੱਚ ਹੈ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਕਈ ਟੀਮਾਂ ਬਣਾਈਆਂ ਨੇ ਜਿਹੜੀ ਦਿਨ ਰਾਤ ਉਹਨਾਂ ਨੂੰ ਪਕੜਨ ਦੇ ਵਿੱਚ ਲੱਗੀ ਹੋਈ ਹੈ ਤੇ ਸਾਨੂੰ ਵੀ ਪੂਰਾ ਭਰੋਸਾ ਹੈ ਕਿ ਪੁਲਿਸ 1 ਹਫ਼ਤੇ ਦੇ ਵਿੱਚ ਉਹਨਾਂ ਨੂੰ ਪਕੜ ਕੇ ਸਲਾਖਾਂ ਦੇ ਪਿੱਛੇ ਕਰੂ ਆੜੀ ਸਾਹਿਬ ਅੱਜ ਦੇ ਤੇ ਮੀਟਿੰਗ ਹੋਈ ਹੈ ਸੰਗਠਨਾਂ ਨਾਲ ਸ਼ਰਮਾ ਜੀ ਆ ਜਾਓ ਪੁਲਿਸ ਪ੍ਰਸ਼ਾਸਨ ਦੇ ਨਾਲ ਕੀ ਫੈਸਲਾ ਹੋਇਆ ਅੰਤਿਮ ਹੁਣ ਜੀ ਦੇਖੋ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਖੰਨੇ ਦੇ ਸ਼ਿਵਰੀ ਮੰਦਿਰ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਸ਼ਿਵਲਿੰਗ ਦੀ ਉਹਦੇ ਲਈ ਹੋਈ ਸੀ ਉਸ ਮਤਲਬ ਪ੍ਰਸ਼ਾਸਨ ਨੇ 3 ਦਿਨ ਦਾ ਟਾਈਮ ਸਾਡੇ ਤੋਂ ਮੰਗਿਆ ਸੀ ਉਹ ਟਾਈਮ ਕੱਲ ਪੂਰਾ ਹੋ ਚੁੱਕਿਆ ਪਰੰਤੂ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਜਵਾਬ ਨਹੀਂ ਸੀ ਕਿ ਕੀ ਹੋਇਆ ਅੱਜ ਸਾਰੇ ਸ਼ਹਿਰ ਦੇ ਸਨਾਤਨੀ ਭਰਾ ਇਕੱਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਜੋ ਵੀ ਆਪਣੀ ਕਾਰਵਾਈ ਕੀਤੀ ਹੈ ਉਹਦੇ ਬਾਰੇ ਸਾਨੂੰ ਜਾਣੂ ਕਰਾਇਆ ਪ੍ਰਸ਼ਾਸਨ ਨੇ 15 ਦਿਨ ਦਾ ਸਮਾਂ ਮੰਗਿਆ ਸੀਗਾ ਪਰੰਤੂ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਇੱਕਮਤ ਹੋ ਕੇ ਰਾਏ ਕੀਤੀ ਹੈ ਕਿ ਜਿਹੜੀ ਅਸ਼ਟਮੀ ਹੈ
ਉਸ ਅਸ਼ਟਮੀ ਤੱਕ ਅਸੀਂ ਪ੍ਰਸ਼ਾਸਨ ਨੂੰ ਸਮਾਂ ਦਿੰਦੇ ਹਾਂ ਅਤੇ ਸ਼ਹਿਰ ਦੀ ਸਾਰੀ ਸਨਾਤਨੀ ਜਿਹੜੀ ਸੰਸਥਾਵਾਂ ਨੇ ਉਹਨਾਂ ਦਾ ਇੱਕ ਇੱਕ ਮੈਂਬਰ ਮੰਦਿਰ ਕਮੇਟੀ ਦੇ ਨਾਲ ਰਲ ਕੇ ਇਸ ਕੇਸ ਦੇ ਵਿੱਚ ਅੱਗੇ ਤੋਂ ਸਾਰਾ ਪਲੀਡ ਕਰੇਗਾ ਅਤੇ ਸਾਰੇ ਆਪਣੇ ਅੱਗੇ ਤੋਂ ਫੈਸਲੇ ਲਏਗਾ ਅਤੇ ਜੋ ਵੀ ਉਹ ਹੁਕਮ ਲਾਣਗੇ ਸਾਰਾ ਸ਼ਹਿਰ ਉਹਨਾਂ ਦੇ ਨਾਲ। ਪੁਲਿਸ ਵੱਲੋਂ ਫੁਟੇਜ ਵੀ ਜਾਰੀ ਕੀਤੀਆਂ ਗਈਆਂ ਨੇ ਤੇ ਕਹਿ ਰਹੇ ਕਿ ਦੋਸ਼ੀ ਨੇ ਮਦਦ ਵੀ ਮੰਗੀ ਜਾ ਰਹੀ ਹੈ ਤੇ ਵੱਡਾ ਨਾਮ ਵੀ ਰੱਖਿਆ ਗਿਆ। ਦੇਖੋ ਇਹ ਕੰਮ ਪੁਲਿਸ ਦਾ ਹੈ, ਪੁਲਿਸ ਪ੍ਰਸ਼ਾਸਨ ਇਸ ਬਾਰੇ ਦੱਸ ਸਕੇਗਾ, ਪਰ ਸਾਡੀ ਮੰਗ ਇੱਕ ਹੈ, ਉਦਨ ਸ਼ਹਿਰ ਹਾਈ ਅਲਰਟ ਤੇ ਸੀਗਾ, ਜੇ ਪੁਲਿਸ ਨੇ ਆਲੇ ਦੁਆਲੇ ਪ੍ਰੋਪਰ ਨਾਕੇ ਲਗਾਏ ਹੁੰਦੇ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜੇ ਚੋਰ ਸੀਗੇ ਉਹ ਲੱਭ ਜਾਂਦੇ। ਦੂਜੀ ਗੱਲ, ਜੇ ਪੁਲਿਸ ਦੇ PCR ਚੱਲਦੀ ਹੁੰਦੀ ਤਾਂ ਸਾਰੇ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਵੀ ਚੋਰ ਆਉਣ ਦੀ ਉਮੀਦ ਨਹੀਂ ਹੁੰਦੀ, ਕਿਉਂਕਿ ਇੱਕ ਘੰਟਾ ਇੱਥੇ ਲਗਾ ਕੇ ਗਏ ਹੈ। ਜੇ PCR ਦਾ ਹੂਟਰ ਵੱਜਦਾ ਹੁੰਦਾ ਤਾਂ ਚੋਰਾਂ ਦੀ ਇੰਨੀ ਹਿੰਮਤ ਨਹੀਂ ਸੀ, ਇੰਨਾ ਟਾਈਮ ਉਹ ਲਗਾ ਲੈਂਦੇ। ਤੀਜੀ ਗੱਲ, ਜੇ ਪ੍ਰਸ਼ਾਸਨ ਨੇ ਹਾਲੇ ਤੱਕ ਸਾਰੇ ਧਾਰਮਿਕ ਸੰਸਥਾਵਾਂ ਦੇ ਵਿੱਚ CCTV ਕੈਮਰਾਜ ਡਿਪਿਊਟ ਕੀਤੇ ਹੁੰਦੇ, ਲਗਾਏ ਹੁੰਦੇ, ਹਾਲੇ ਤੱਕ ਐਸੀ ਮੰਦਭਾਗੀ ਘਟਨਾਵਾਂ ਹੀ ਨਾ ਘਟਦੀਆਂ, ਤਾਂ ਪ੍ਰਸ਼ਾਸਨ ਨੇ ਇਸ ਘਟਨਾ ਹੋਣ ਦੇ 3 ਦਿਨ ਬਾਵਜੂਦ ਵੀ ਹਾਲੇ ਤੱਕ ਕਿਸੇ ਮੰਦਿਰ ਕਮੇਟੀ ਨਾਲ ਕੋਈ ਗੱਲ ਨਹੀਂ ਕੀਤੀ ਹੈ। ਇਹ ਜਿਹੜੀ ਜ਼ਿੰਮੇਵਾਰਨਾ ਹਰਕਤ ਹੈ, ਜਿਹੜੀ ਫੇਲੀਅਰ ਹੈ, ਇਹਦੇ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ। ਦੇਖੋ 3 ਦਿਨ ਦਾ ਸਮਾਂ ਮੰਗਿਆ ਸੀ, ਸਾਨੂੰ ਬੰਦੇ ਨਹੀਂ ਮਿਲੇ, ਅਸੀਂ ਕਿੱਥੋਂ ਸੰਤੁਸ਼ਟ ਹੋ ਜਾਵਾਂਗੇ? ਸਾਨੂੰ ਤਾਂ ਹੁਣ ਇਹਨਾਂ ਨੇ 15 ਦਿਨ ਦਾ ਹੋਰ ਟਾਈਮ ਪਾਤਾ, ਅਸੀਂ ਕਿੱਥੋਂ ਸੰਤੁਸ਼ਟ ਹੋ ਜਾਵਾਂਗੇ? ਸਾਨੂੰ ਤਾਂ ਬੰਦੇ ਦੇਣ, ਅਸੀਂ ਤਾਂ ਸੰਤੁਸ਼ਟ ਹੋਵਾਂਗੇ। ਉਸ ਤੋਂ ਬਾਅਦ ਕਾਰਵਾਈ ਦੱਸਣ ਵੀ ਕੀ ਕਰਦੇ ਹਾਂ, ਐਸੀ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀ ਸਾਰੇ ਦੇਸ਼ ਦੇ ਵਿੱਚ ਮਿਸਾਲ ਪੈਦਾ ਕਰੇ, ਕਿਉਂਕਿ ਤਾਂ ਕਿ ਐਸੇ ਗੰਦੇ ਲੋਕ, ਐਸੇ ਮੰਦਭਾਗੀ ਘਟਨਾ ਕਿਸੇ ਵੀ ਧਾਰਮਿਕ ਅਦਾਰੇ 'ਚ ਨਾ ਕਰਨ। ਸਭ ਨੇ ਤੈਅ ਕਰ ਲਿਆ, ਹੁਣ ਕਮੇਟੀ ਬਣ ਗਈ, ਜਿੱਦਾਂ ਉਹ ਕਹਿਣਗੇ ਅਸੀਂ ਉੱਦਾਂ ਖੜੇ ਹਾਂ, ਸਾਰਾ ਸ਼ਹਿਰ ਨਾਲ। ਦੇਖੋ ਜਿਹੜੀ ਮੰਦਿਰ ਦੇ ਵਿੱਚ ਇੰਸੀਡੈਂਟ ਹੋਇਆ ਇੱਥੇ ਸ਼ਿਵਪੁਰੀ ਮੰਦਿਰ ਦੇ ਵਿੱਚ, ਇਹਦੇ ਵਿੱਚ ਅਸੀਂ FIR ਲੌਂਚ ਕਰ ਲਈ ਸੀ। ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਵੱਖ ਵੱਖ ਟੀਮਾਂ, ਸਾਡੀਆਂ ਸਪੈਸ਼ਲ ਟੀਮ ਮਾਨਯੋਗ SSP ਸਾਹਿਬ ਅਤੇ ਮਾਨਯੋਗ BI ਸਾਹਿਬ ਦੀ ਜਿਹੜੀ ਸੁਪਰਵੀਜ਼ਨ ਅੰਡਰ ਕੰਮ ਕਰ ਰਹੀਆਂ ਨੇ, ਸਾਡੀ ਟੀਮਾਂ ਨੇ, ਅਸੀਂ ਇੱਕ ਮੈਸੇਜ ਵੀ ਤੁਹਾਡੇ ਰਾਹੀਂ ਸ਼ੇਅਰ ਕਰਨਾ ਚਾਹਾਂਗੇ। ਅਸੀਂ ਕੁਛ ਬੰਦੇ ਜਿਹੜੇ ਇਸ ਕੇਸ ਦੇ ਸਸਪੈਕਟ ਹੈ ਉਹਨਾਂ ਦੀ ਅਸੀਂ ਫੋਟੋਆਂ ਵਾਇਰਲ ਕੀਤੀਆਂ ਨੇ, ਜਿਹੜੇ ਸਾਡੀ ਲੋਕਾਂ ਨੂੰ ਅਪੀਲ ਹੈ ਵੀ ਜੇ ਕਿਸੇ ਨੂੰ ਵੀ ਇਹਦੇ ਬਾਰੇ ਪਤਾ ਲੱਗਦਾ ਤਾਂ ਉਹਦੇ ਖੰਨਾ ਪੁਲਿਸ ਦੇ ਜਿਹੜੇ ਉਹਦੇ ਮੈਸੇਜ ਦੇ ਵਿੱਚ ਨੰਬਰ ਦਿੱਤੇ ਗਏ ਨੇ, ਉਹਨਾਂ ਨੰਬਰਾਂ 'ਤੇ ਸੰਪਰਕ ਕਰਨ ਅਤੇ ਸਾਨੂੰ ਉਹਨਾਂ ਬਾਰੇ ਇਨਫੋਰਮੇਸ਼ਨ ਦੇਣ। ਜਿਹੜਾ ਵੀ ਕੋਈ ਵਿਅਕਤੀ ਇਸ ਇਹਨਾਂ ਬਾਰੇ ਇਨਫੋਰਮੇਸ਼ਨ ਦਊਗਾ, ਉਹਨਾਂ ਨੂੰ ਅਸੀਂ ਸੂਟੇਬਲ ਰਿਵਾਰਡ ਵੀ ਦੇਵਾਂਗੇ ਅਤੇ ਉਹਦਾ ਨਾਮ ਜਿਹੜੀ ਅਤੇ ਆਈਡੈਂਟੀ ਗੁਪਤ ਰੱਖੀ ਜਾਊਗੀ। ਉਸ ਤੋਂ ਬਿਨਾਂ ਜਿਹੜਾ ਇਸ ਕੇਸ ਦੇ ਵਿੱਚ ਸਾਡੇ ਕੋਲ ਕਾਫੀ ਲੀਡਸ ਨੇ ਅਤੇ ਅਸੀਂ ਜਲਦ ਤੋਂ ਜਲਦ ਜਿਹੜਾ ਇਹਨੂੰ ਕੇਸ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਵਾਂਗੇ। ਦੇਖੋ ਉਹਦੇ ਬਾਰੇ ਅਸੀਂ ਨਹੀਂ ਹਾਲੇ ਸ਼ੇਅਰ ਕਰ ਸਕਦੇ, ਸਾਡੀ ਆਪਰੇਸ਼ਨਲ ਡਿਟੇਲਸ ਹੈ, ਬਟ ਇਹ ਹੈ ਕਿ ਸਾਡੇ ਕੋਲ ਕੁਛ ਪੁਖਤਾ ਲੀਡਸ ਨੇ, ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਕਾਬੂ ਕਰਨਾ।